ਵੀਰ ਆਪਾਂ ਲੈਣ ਲੱਗਿਆ ਹੈ ਕਿਤੋਂ ਸੈਂਚਰੀ ਦੇ, ਸੈਂਚਰੀ ਬਾਰੇ ਨਾ ਆਪੀ, ਤੇ ਇਹਦੇ ਬਾਰੇ ਵੀ ਦੱਸਦੇ ਭਰਾ। ਇਹ ਵੀ ਲੱਗੀਆਂ ਤਾਂ ਤਕਰੀਬਨ ਸਾਰੀਆਂ ਸੇਮ ਹੀ ਸੇਮ ਹੀ ਆ, ਉਸੇ ਟਾਈਮ ਤੇ ਲਾਈਆਂ ਹੋਈਆਂ ਨੇ ਵੀਰੇ। ਇਹਦੇ ਦੱਸਦੇ ਬੀ ਵਗੈਰਾ ਤੇ ਮੰਨ ਲਾ ਇਹ ਵੀਰੇ ਆਪਾਂ ਨਾ ਨਾਮਧਾਰੀ ਦੀ ਵਰਾਇਟੀ ਲਾਈ ਹੋਈ ਹੈਗੀ। ਨਾਮਧਾਰੀ ਦੀ, ਹਾਂ ਨਾਮਧਾਰੀ ਦੀ ਵਰਾਇਟੀ ਹੈ, ਮੰਨਤ ਨਾਂ ਤੇ ਆਉਂਦੀ ਹੈਗੀ। ਮੰਨਤ, ਹਾਂ ਜੇ ਆਪਾਂ ਲੈਣੀ ਹੋਵੇ ਤੇ ਇਹਦਾ ਵੀ ਬੀ ਬਾਈ ਥੋੜਾ ਜਿਹਾ ਕੋਸਟਲੀ ਹੈ। ਇਹਦਾ ਕੀ ਰੇਟ ਦੇਖਣੀ ਆ, ਇਹ ਲਗਭਗ ਵੀਰੇ ਆਪਾਂ ਨੂੰ ਕੱਢ ਦਿੰਦਾ ਬਟ ਐ ਨਹੀਂ ਬੋਲਿਆ ਨਹੀਂ, ਕਿਉਂਕਿ ਆਪਾਂ ਨੂੰ ਥੋੜੀ ਮਿਲਦੀ ਆ 50 ਗ੍ਰਾਮ ਦੀ। ਹਾਂ ਇਹ ਵੀ ਉਨਾ ਕੀ ਲੱਗ ਜਾਂਦਾ ਨਾ, ਸੇਮ ਬੀਜ ਸੇਮ ਹੀ ਹੈ। ਤੇ ਇਹਦੇ 'ਚ ਕੋਈ ਦਿੱਕਤਾਂ ਵਗੈਰਾ? ਦਿੱਕਤ ਤਾਂ ਵੀਰੇ ਇਹਨਾਂ ਨੂੰ ਦੇਖੋ, ਫੰਗੀ ਸਾਈਡ ਵੀ ਸੇਮ, ਸਾਰਾ ਕੁਝ ਸੇਮ ਹੀ ਹੈਗਾ। ਹਾਂ ਬਸ ਜਿਹੜੀ ਇਹਨਾਂ ਨੂੰ ਯਾਰ ਇਹਨਾਂ ਨੂੰ ਮੇਨ ਦਿੱਕਤ ਆ ਨਾ ਜਿਹੜੀ, ਉਹ ਫੰਗੀ ਸਾਈਡਾਂ ਦੀ ਹੈ। ਫੰਗੀ ਸਾਈਡ ਤੇ ਜਿਹੜੀ ਦੂਜੀ ਇਹਨਾਂ ਨੂੰ ਦਿੱਕਤ ਆਉਂਦੀ ਹੈ ਉਹ ਆਉਂਦੀ ਹੈ ਜੂਂ ਦੀ। ਹਾਂ ਤੋੜਨ ਦੇ ਕਾਬਲ ਹੁਣ? ਹਾਂ ਹਾਂ ਬਈ ਇਹ ਤੋੜਨ ਦੇ ਹੁਣ, ਹਾਂ ਤੋੜਨ ਦੇ ਕਾਬਲ ਹੈ ਇਹਦੇ ਤੇ ਬਈ। ਇਹਦੇ ਤੇ ਇੱਕ ਹੋਰ ਉਹ ਹੈ, ਜਦੋਂ ਇਹ ਪੱਕ ਜਾਂਦਾ ਨਾ, ਜਿਵੇਂ ਹੁਣ ਆਹ ਚੀਜ਼ ਇਹਦੀ ਡੰਡੀ ਇਹ ਸੁੱਕਣ ਲੱਗ ਜਾਂਦੀ ਹੈ, ਜਿਹੜੀ ਨਾਲ ਡੰਡੀ ਹੁੰਦੀ ਹੈ ਮੇਨ ਇਹਦੇ, ਇਹ ਸੁੱਕ, ਹਾਂ ਜਦੋਂ ਇਹ ਪੱਕ ਚੱਲਿਆ ਇਹ ਸੁੱਕ, ਇਹ ਸੁੱਕਣ ਲੱਗ ਜੂਗਾ ਡੰਡੀ। ਇਹ ਹੁਣ ਪੱਕਣ ਪੱਕਣ ਲੱਗ ਗਿਆ, ਫਰੂਟ ਪੱਕ ਚੱਕਿਆ ਤਾਂ ਕਰਕੇ ਸੁੱਕਣ ਲੱਗ ਗਿਆ ਬਈ ਉੱਤੋਂ, ਤੇ ਫਿਰ ਇਹਦੀ ਨਿਸ਼ਾਨੀ ਹੈ ਬਾਕੀ। ਹਾਂ 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 ਪੱਕ ਗਿਆ, ਤੇ ਇਹ ਹੋ ਗਿਆ ਕਿੱਲਾ ਕਮਾਣ ਦਾ ਹਨਾ ਐਪੀ। ਹਾਂ ਤੇ ਮੰਨ ਲਾ ਜੇ ਆਪਾਂ ਟੋਟਲ ਕੱਢੀਏ ਇਹ ਕਿੱਲੇ ਦੀ, ਤੇਰੀਆਂ ਸਾਰੀਆਂ ਮੰਨ ਲਾ 5-6 ਪ੍ਰਕਾਰ ਦੀਆਂ ਸਬਜ਼ੀਆਂ ਆ ਗਈਆਂ, ਕੋਈ ਫਰੂਟ ਦੀਆਂ ਆ ਗਈਆਂ, ਕੋਈ ਸਬਜ਼ੀਆਂ ਆ ਗਈਆਂ, ਤਾਂ ਜੇ ਆਪਾਂ ਦੱਸਣਾ ਹੋਵੇ ਦੋਸਤਾਂ ਨੂੰ ਆਪਣੇ ਕਿਸਾਨ ਵੀਰਾਂ ਨੂੰ ਵੀ ਆਮਦਨ ਕਿੰਨੀ ਹੋ ਜੂ ਇਹਦੀ ਜਦੋਂ ਤੇਰੀਆਂ ਖਤਮ ਹੋਣੀਆਂ, ਵੀ ਜੀਰੀ ਲੱਗੂ ਇਹਦੇ 'ਚ? ਹਾਂ ਜੀਰੀ ਲੱਗੂ, ਇਹ 'ਚ ਜੀਰੀ ਲੱਗੂਗੀ ਕਿਸਾਨ ਵੀਰੋ ਵਾਹ ਕੇ। ਤਾਂ ਕਿਹੜੀ ਵਰਾਇਟੀ ਲਾਉਣਾ ਹੁੰਦਾ ਜੀਰੀ ਦੀ? ਜੀਰੀ ਦੀ ਆਪਾਂ 26 ਜਾਵਾਂ ਪਛੇਤੀ ਲੱਗੂਗੀ ਜੀਰੀ, ਉਦੋਂ ਤੱਕ ਲਾ ਲਓ ਤੁਸੀਂ। ਅਤੇ ਕੀ ਆਮਦਨ ਦੇ ਜੂ ਹੈਪੀ? ਵੀਰੇ ਸਾਰੇ ਖਰਚੇ ਕੱਢ ਕੇ ਲਗਭਗ 2 ਲੱਖ ਰੁਪਈਆ ਛੱਡ ਕੇ ਜਾਊ ਜਾਊ। ਲੈ ਵੀ ਮਿੱਤਰੋ, ਬਾਈ ਕਹਿੰਦਾ 2 ਲੱਖ ਰੁਪਈਆ ਛੱਡ ਜੂ ਖਰਚੇ ਕੱਢ ਕੇ, ਮਿਹਨਤ ਜ਼ਰੂਰ ਆ, ਦਿਨ ਰਾਤ ਖੱਪਣਾ ਪੈਂਦਾ, ਪਰ ਆਮਦਨ ਵੀ ਬਹੁਤ ਜ਼ਿਆਦਾ। ਜੀਰੀ ਵੀ 50-60 ਹਜ਼ਾਰ ਦੀ ਕਿਧਰੇ ਗਈ ਹੈ, 26 ਜਿਹੜੀ ਦੇ ਜਾਂਦੇ ਝਾੜ 85-90 ਮਨ ਤੱਕ 60-70 ਹਜ਼ਾਰ ਦੀ ਜੀਰੀ ਵੀ ਨਹੀਂ ਗਈ, ਅਤੇ ਮਿਹਨਤ ਲਾ ਲਓ ਜ਼ਰੂਰ ਆ, ਤਾਂ ਆਮਦਨ ਬਹੁਤ ਚੰਗੀ ਆ। ਅਤੇ ਹੈਪੀ ਇੱਕ ਮੰਨ ਲਾ, ਜਿਹੜੇ ਬੰਦੇ ਸਬਜ਼ੀਆਂ ਨਾਲ ਆਪਣੀ ਵੀਡੀਓ ਦੇਖ ਕੇ ਜਾਂ ਹੋਰ ਕੋਈ ਰੁਝਾਨ ਹੁੰਦਾ ਕਿਸੇ ਦਾ ਨਾ, ਥੋੜ੍ਹੀ ਖੇਤੀ ਵਾਲੇ ਨੇ, 2-4 ਕਿੱਲਿਆਂ ਵਾਲੇ ਬੰਦੇ ਨੇ, ਕਹਿੰਦਾ ਵੀ ਸਬਜ਼ੀਆਂ 'ਚ ਮੱਥਾ ਜਾਂ ਵਿਕਦੀ ਨੇ, ਸਿੱਟਣੀ ਪੈਂਦੀ ਆ, ਜਾਂ ਵੀ ਮੰਨ ਲਾ ਕਿੰਨੀ ਮਿਹਨਤ, ਉਹਨਾਂ ਨੂੰ ਆਪਾਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਕੀ ਇਹਦੇ 'ਚ ਮਿਹਨਤ ਆ, ਕੀ ਆਮਦਨ ਆ? ਅਤੇ ਇੱਕ ਵੀ ਕਿਹੜੀ ਸਬਜ਼ੀ ਤੋਂ ਸ਼ੁਰੂ ਕਰਨ, ਜਿਵੇਂ ਆਹ ਮੰਨ ਲਾ ਫੰਗੀ ਸਾਈਡ ਇਹਨਾਂ ਨੂੰ ਫੰਗਸ ਪੈਂਦੀ ਆ, ਇਹ ਚੀਜ਼ਾਂ ਥੋੜ੍ਹੀਆਂ ਡਿਫੀਕਲਟ ਨੇ ਨਾ ਨਵੇਂ ਬੰਦੇ ਵਾਸਤੇ, ਵੀ ਉਹ ਕਿਸ ਲੈਵਲ ਤੋਂ ਸ਼ੁਰੂ ਕਰ ਸਕਦਾ ਜਿਵੇਂ ਤੈਨੂੰ ਇੰਨਾ ਚਿਰ ਹੋ ਗਿਆ, ਉਹਨਾਂ ਨੂੰ ਕੀ ਸੁਝਾਅ ਦੇਵੋਗੇ? ਵੀਰੇ ਆਪਾਂ ਜਦੋਂ ਆਪਾਂ ਕੋਈ ਵੀ ਸਬਜ਼ੀ ਨਾ ਆਪਾਂ ਸਟਾਰਟ ਕਰਨਾ, ਪਹਿਲਾਂ ਤਾਂ ਥੋੜ੍ਹੇ ਲੈਵਲ ਤੋਂ ਸ਼ੁਰੂ ਕਰੋ, ਵੀ ਇੱਕ ਕਨਾਲ ਤੋਂ ਸ਼ੁਰੂ ਕਰੋ, ਸ਼ੁਰੂ ਕਰੋ, ਠੀਕ ਆ, ਜਿਹਦੇ ਵਿੱਚ ਆਪਾਂ ਨੂੰ ਘਾਟਾ ਪੈਣ ਦੇ ਚਾਂਸ ਵੀ ਨਹੀਂ ਹੁੰਦੇ, ਠੀਕ ਆ, ਉਹਦੇ ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੱਡਾ, ਕਿਉਂਕਿ ਘਾਟਾ ਵੀ ਉਹਦੀ ਪੈਂਦਾ ਜਦੋਂ ਆਪਾਂ ਨੂੰ ਨੌਲੇਜ ਨਹੀਂ, ਨੌਲੇਜ ਨਹੀਂ ਹੈਗੀ, ਜਦੋਂ ਪਤਾ ਕੀ ਕਰਦੇ ਹਾਂ ਆਪਾਂ, ਦੇਖੋ ਨਾ ਵੀ ਮੰਨ ਲਾ ਕੋਈ ਵੀਡੀਓ ਦੇਖ ਲਈ, ਜਰਕ ਦਿਨ ਵੀ ਆਪਾਂ ਕਿਸੇ ਨੇ ਕਹਿਤਾ ਵੀ ਇਹ 'ਚੋਂ 4 ਲੱਖ ਆਮਦਨ ਆ, ਚਾਹੇ ਹੁਣ ਮੈਂ ਕਹਿਤਾ ਵੀ ਬਾਈ ਉਹਨੂੰ 2 ਲੱਖ ਰੁਪਏ ਬਚੂਗਾ, ਅਗਲਾ ਜਰਕ ਦਿਨ 1 ਕਿੱਲਾ ਕੱਦੂਆਂ ਦੀ ਲਾ ਦੇ, ਠੀਕ ਆ, ਮਗਰ ਉਹ ਵੇਚਣ ਦੇ ਵਿੱਚ ਜਦੋਂ ਤਾਂ ਰੇਟ ਹੁੰਦਾ ਉਹ ਤਾਂ ਅਗਲੇ ਨੂੰ ਕੋਈ ਚੱਕਰ ਨਹੀਂ ਪੈਂਦਾ, ਜਦੋਂ ਰੇਟ ਘੱਟ ਜਾਂਦਾ ਫਿਰ ਦਿੱਕਤ ਆਉਂਦੀ ਹੈ, ਜਾਂ ਕੋਈ ਇਹੋ ਜਿਹੀ ਬਿਮਾਰੀ ਹੁੰਦੀ ਜਿਹਨੂੰ ਫੇਸ ਨਹੀਂ ਕੀਤੀ ਹੁੰਦੀ, ਮੁੜ ਕੇ ਗਲਤ ਨੌਲੇਜ ਦੇ ਨਾਲ ਗਲਤ ਗਾਈਡ ਕਰਦੇ ਨਾ ਦੁਕਾਨਦਾਰ, ਤਾਂ ਫਿਰ ਉਹਦਾ ਸਾਰਾ ਹੀ ਨੁਕਸਾਨ ਹੋ ਜਾਂਦਾ। ਹਾਂ ਹੁਣ ਮੰਨ ਲਾ ਆਪਾਂ ਨੂੰ ਜਿੰਨਾ ਚਿਰ ਆਪਾਂ ਨੂੰ ਟੈਕਨੀਕਲਾਂ ਦੀ, ਠੀਕ ਹੈ, ਨਹੀਂ ਜਾਣਕਾਰੀ, ਤੇ ਕਿਹੜਾ ਟੈਕਨੀਕਲ ਰੀਜਨਲ ਹੈ ਉਹਦੀ ਨਹੀਂ ਜਾਣਕਾਰੀ, ਉਹਨਾਂ ਚਿਰ ਆਪਾਂ ਖੇਤੀ ਦੇ ਵਿੱਚ ਕਾਮਯਾਬ ਨਹੀਂ। ਇੱਕ ਗੱਲ ਦੋਸਤੋ ਹੋਰ, ਆਪਾਂ ਹੈਪੀ ਦਾ ਵੀਡੀਓ ਦੇ ਵਿੱਚ ਨੰਬਰ ਪਾ ਦਾਂਗੇ, ਜਾਂ ਤਾਂ ਤੈਨੂੰ ਤੰਗ ਕਰਿਓ ਨਾ,
ਆਪਾਂ ਇੱਕ ਟਾਈਮ ਦੇ ਦਾਂਗੇ, ਮੈਂਸ਼ਨ ਕਰ ਦਾਂਗੇ, ਉਦੋਂ ਇਹਨੂੰ ਫੋਨ ਕਰਕੇ ਤੁਸੀਂ ਕੋਈ ਜਾਣਕਾਰੀ ਲੈ ਸਕਦੇ ਹੋ। ਪਰ ਬੇਨਤੀ ਆਪਣੀ ਇਹ ਹੈ ਵੀ ਫੋਨ ਉਹ ਕਰਨ ਜਿਹਨੇ ਨੌਲੇਜ ਲੈਣੀ ਹੋਵੇ, ਹੈ ਨਾ, ਵੀ ਫਾਲਤੂ ਕੰਨ ਖਾਣ ਵਾਲੇ ਜਾਂ ਫਾਲਤੂ ਤੰਗ ਕਰਨ ਵਾਲੇ ਕੰਮ ਵਾਲਾ ਬੰਦਾ ਗਾ, ਡਿਸਟਰਬ ਨਾ ਕਰਨਾ, ਤੁਹਾਨੂੰ ਜਾਣਕਾਰੀ ਸਹੀ ਦੇਊਗਾ ਜੇ ਫੋਨ ਚੱਕੂਗਾ ਜਦੋਂ ਵੀ ਗੱਲ ਕਰੂਗਾ। ਅਤੇ ਕਿਹੜੀ ਸਬਜ਼ੀ ਤੋਂ ਸਟਾਰਟ ਕਰੇ ਵੀ ਨਵਾਂ ਬੰਦਾ? ਨਵਾਂ ਬੰਦਾ ਬਾਈ ਮੈਂ ਤਾਂ ਇਹੀ ਕਹਿੰਦਾ ਕੱਦੂ ਤੇ ਤੋਰੀ ਤੋਂ ਸਟਾਰਟ ਕਰੇ, ਕੱਦੂ ਤੋਰੀ ਤੋਂ ਸਟਾਰਟ ਕਰੇ, ਤੇ ਇੱਕ ਬਾਈ ਚੱਪਣ ਕੱਦੂ, ਚੱਪਣ ਕੱਦੂ ਜਿਹੜਾ ਕਿ ਬਸ ਸਾਲ ਦੀ ਆ ਗਈ ਹੈ ਨਾ, ਹਾਂ, ਬਣਾਉਣ ਵਾਲੀ ਚੀਜ਼ ਆ, ਠੀਕ ਆ। ਜੇ ਹੁਣ ਅਗਰ ਆਪਾਂ ਹੁਣ ਸਟਾਰਟ ਕਰਨਾ ਗਾਹਾਂ ਵੀ ਬਈ ਤਾਂ ਆਪਣਾ ਹੁਣ ਦੇਸੀ ਕੱਦੂ, ਤੋਰੀਆਂ ਤੇ ਭਰਿੰਡੀਆਂ, ਭਰਿੰਡੀਆਂ ਜ਼ਰੂਰ ਲਾਵੇ ਕਿਉਂਕਿ ਭਰਿੰਡੀਆਂ ਬਈ ਲੰਮਾ ਸਮਾਂ ਚੱਲਣ ਵਾਲੀ ਖੇਤੀ ਆ ਅਤੇ ਬੰਦੇ ਨੂੰ ਚਾਰ ਪੈਸੇ ਜ਼ਰੂਰ, ਬਿਮਾਰੀ ਬਹੁਤ ਘੱਟ ਪੈਂਦੀ, ਬਿਮਾਰੀ ਉਹਨੂੰ ਮੇਨ ਸਿਰਫ ਤੇਲੇ ਵਾਲੀ ਆ ਜਿਹਨੂੰ ਆਪਾਂ ਕੰਟਰੋਲ ਉਹ ਆਸਾਨੀ ਨਾਲ ਕਰ ਸਕਦੇ, ਠੀਕ ਆ। ਅਤੇ ਨਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਮਿਹਨਤ ਆ, ਆਮਦਨ ਜ਼ਰੂਰ ਹੈਗੀ ਆ ਦੋਸਤੋ, ਮਿਹਨਤ ਵੀ ਬਹੁਤ ਜ਼ਿਆਦਾ ਕਰਨੀ ਪੈਂਦੀ ਆ। ਪਰ ਇਹ ਨਹੀਂ ਹੈਗਾ ਵੀ ਤੁਸੀਂ ਕਹਿ ਸਕਦੇ ਵੀ ਬਾਹਰ ਜਾਣਾ ਅਤੇ 2-4 ਕਿੱਲਿਆਂ ਦਾ ਕੁਛ ਬਣਦਾ ਨਹੀਂ, ਬਣਦਾ ਨਹੀਂ। ਮੰਨ ਲਓ 2 ਲੱਖ ਕਿੱਲਾ ਸਾਡੇ ਤੇ 2 ਕਿੱਲਿਆਂ ਵਾਲਾ ਵੀ ਆਪਦੇ ਘਰੇ ਸਰਦਾਰ ਆ, ਸਰਦਾਰ ਆ ਬਾਈ, ਆਪਾਂ ਬਾਈ ਆਪਦੇ ਘਰੇ ਫੁੱਲ ਨਜ਼ਾਰੇ ਲੈਂਦੇ ਹਾਂ। ਕਿੰਨਾ ਵਾਹਣਾ ਹੈ ਤੇਰੇ ਕੋਲੇ? ਮੇਰੇ ਕੋਲੇ ਆਪਦੇ ਬਾਈ 3 ਕਿੱਲੇ ਬਣਦੇ ਆ, 3 ਕਿੱਲੇ ਬਾਈ ਕੋਲੇ ਘਰੂ ਬਣਦੇ ਆ, 1-2 ਕਿੱਲੇ ਠੇਕੇ ਤੇ ਲੈ ਜਾਂਦਾ, ਘਰੇ ਵਧੀਆ ਗੱਡੀ ਆ, ਮੰਨ ਲਾ ਯਾਰ ਵਧੀਆ ਰਾਜਮੀ ਰੋਟੀ ਖਾਂਦਾ ਹੈਗਾ, ਸੌਖਾ ਬੰਦਾ, ਠੀਕ ਆ। ਅਤੇ ਮਿਹਨਤ ਜ਼ਰੂਰ ਕਰਦਾ, ਪਰ ਮਿਹਨਤ ਨਾਲ ਹੀ ਸਾਰਾ ਕੁਛ ਨਾ, ਬਾਹਰ ਜਾ ਕੇ ਆਪਾਂ ਦਿਨ ਰਾਤ ਮਿਹਨਤ ਕਰਦੀ ਹਾਂ। ਹਾਂ, ਤਾਂ ਕਿਵੇਂ ਲੱਗੀ ਅੱਜ ਦੀ ਤੁਹਾਨੂੰ ਵੀਡੀਓ ਜ਼ਰੂਰ ਦੱਸਿਓ, ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ।